ਸਾਰਿਆਂ ਨੂੰ ਪਿਆਰ ਭਰਿਆ ਸਲਾਮ ਅਤੇ ਇੱਕ ਵਾਰੀ ਫਿਰ ਮੈਂ ਹਾਜ਼ਰ ਹਾਂ। ਯਕੀਨ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਲਹਮਦੁਲਿਲਾ। ਮੈਂ ਤੁਹਾਡੇ ਦੁਆ ਨਾਲ ਮੰਮੀ ਠੀਕ ਹਾਂ ਅਤੇ ਸਾਡੇ ਹੋ ਗਏ ਪਤਾ ਨਹੀਂ ਕਿਹੜੀ ਚੀਜ਼ ਛਾਪ ਚੁੱਕੀ ਫਿਰਦਾ। ਇਹ ਹੈ ਜੀ ਸਨੱਥੇ ਦਾ ਬੀਜ, ਸਨੱਥੇ ਦਾ ਬੀਜ ਜਿਹੜਾ ਹੈ ਮੈਂ ਬੀਜਣ ਲੱਗਾ। ਠੀਕ ਹੈ, ਪੱਕਿਆ ਹੋਇਆ ਬੀਜ ਹੈ, ਕੱਲ੍ਹ ਮੈਂ ਲੈ ਕੇ ਆਇਆ ਸੀਗਾ ਅਤੇ ਤੁਹਾਨੂੰ ਦਿਖਾਉਂਦਾ ਇਹ ਬੀਜ ਕਿਸ ਤਰ੍ਹਾਂ ਕਿਉਂ ਬੀਜਣ ਲੱਗਾ, ਕਿਉਂਕਿ ਮੈਂ ਬਣਾਉਣੀ ਹੈ ਇੱਥੇ ਇਹ ਜਗ੍ਹਾ 'ਤੇ ਪਰਦਾਵਾਲ। ਠੀਕ ਹੈ, ਸਾਈਡਾਂ 'ਤੇ ਅਤੇ ਇੱਥੇ ਲਗਾਉਣਾ ਇਸ ਵਾਰ ਤੋਂ ਮੈਂ ਇਹਦੀ ਪਨੀਰੀ ਹੁਣ ਬੀਜਾਂਗਾ ਔਰ ਬੀਜਣ ਤੋਂ ਬਾਅਦ ਅਸੀਂ ਇੱਥੇ ਸਾਈਡਾਂ 'ਤੇ ਫਿਰ ਇਹਨੂੰ ਲਗਾਵਾਂਗੇ। ਇਹ ਆਹ ਸਾਹਮਣੇ ਗੇਟ ਦੇ ਨਾਲ ਪੌਦਾ ਲੱਗਿਆ, ਬੂਟਾ ਨਜ਼ਰ ਆ ਰਿਹਾ। ਮੈਂ ਸਿਰ 'ਤੇ ਐਲੋਵੇਰਾ ਅਤੇ ਦਹੀਂ ਔਰ ਅੰਡਾ ਮਿਕਸ ਕਰਕੇ ਔਰ ਲੀਮੂ ਮਿਕਸ ਕਰਕੇ ਸਿਰ 'ਤੇ ਲਗਾਇਆ ਨੇ ਵਾਲਾਂ ਨੂੰ, ਤਾਂ ਕਿ ਵਾਲਾਂ ਦੇ ਜਿਹੜੇ ਧੁੱਪ ਪੈ ਕੇ ਕਾਫੀ ਪਿੰਡ 'ਚ ਖਰਾਬ ਹੋ ਗਏ ਸੀਗੇ ਅਤੇ ਉਹਨਾਂ ਦੀ ਸਿਹਤ ਦੁਬਾਰਾ ਬਹਾਲ ਹੋ ਜਾਏ। ਚਲੋ ਫਰੀਦ ਵੀ ਆ ਗਏ ਨੇ, ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਰਾ ਦਾ, ਤੁਹਾਡੀ ਸਲਾਮ ਅਤੇ ਅੱਜ ਫਰੀਦ ਨਾਲ ਤੁਹਾਡਾ ਕਰਾ ਦੇਵਾਂ। ਇਹਦੇ ਨਾਲ ਸਲਾਮ ਕਰੋ ਜੀ, ਆਹ ਆ ਗਏ ਨੇ ਚਾਹੇ ਫਰੀਦ ਪਹੁੰਚ ਗਏ ਨੇ। ਇਹ ਵੀ ਤਿਆਰੀ ਵੱਟੀ ਖਲੋਤੇ ਨੇ, ਕਿੱਧਰ ਜਾ ਰਹੇ ਹੋ ਫਰੀਦ ਤੁਸੀਂ? ਜਾ ਰਹੇ ਡ੍ਰਿਪਾਂ ਵੇਖਣ ਜਾ ਰਹੇ, ਕੋਈ ਡ੍ਰਿਪ ਸ਼ਿਪ ਕੋਈ ਆਊਟ ਨਾ ਹੋਵੇ ਥੱਲੇ ਬੂਟੇ ਦਾ, ਕੋਈ ਖੱਟੀ ਵਗੈਰਾ ਨਾ ਨਿਕਲੀ ਹੋਵੇ ਤਾਂ ਉਹ ਕੱਟਣ ਵਾਸਤੇ ਕੱਟਰ ਜਿਹੜਾ ਹੈ ਉਹ ਲੈ ਲਿਆ ਅਤੇ ਮੈਂ ਇਹਨਾਂ ਕੋਲ ਰੰਬੀ ਲਵਾਂਗਾ। ਰੰਬੀ ਲੈ ਕੇ ਅਸੀਂ ਚੱਲਦੇ ਹਾਂ, ਸਨੱਥਾ ਲਾਉਂਦੇ ਹਾਂ ਅਤੇ ਇਹ ਆਪਣਾ ਥੋੜ੍ਹਾ ਜਿਹਾ ਕੰਮ ਕਰਾਂ। ਪਾਣੀ ਲਿਆਂਦਾ, ਕਿੱਡੇ ਵੱਡੇ ਵੱਡੇ ਹੋ ਗਏ ਨੇ ਔਰ ਫੁੱਲ ਗਰੋਥ ਕਰ ਚੁੱਕੇ ਨੇ, ਉਹਨਾਂ ਨੂੰ ਫੁੱਲ ਵੀ ਨਿਕਲ ਆਏ ਤਾਂ ਦਿਖਾਉਂਦਾ ਵਾਂ। ਇਹ ਆਹ ਦੇਖੋ ਅਲਹਮਦੁਲਿਲਾ ਫੁੱਲ ਨਿਕਲਣਾ ਸ਼ੁਰੂ ਹੋ ਗਏ। ਔਰ ਦੇਸੀ ਨਿਗਾ ਹੈ, ਦੂਸਰਾ ਹੈ ਬਹੁਤ ਅੱਛੇ ਵਾਲਾ ਟਮਾਟਰ। ਦੇਸੀ ਟਮਾਟਰ ਜਿਹੜਾ ਹੁੰਦਾ ਬਿਲਕੁਲ ਛੋਟੇ ਛੋਟੇ ਲੱਗਦਾ, ਇਹ ਟਮਾਟਰ ਜਿਹੜਾ ਤੁਸੀਂ ਬਾਜ਼ਾਰ 'ਚ ਅਸੀਂ ਪਰਚੇਜ਼ ਕਰਦੇ ਹਾਂ। ਦੂਸਰਾ ਹਾਈਬ੍ਰਿਡ ਬੀਜ ਜਿਹੜਾ ਸੀ ਉਹਦਾ ਇਹ ਸੀ ਘਰ ਦੋੜੀਆਂ ਚੁੱਕ ਲਈਆਂ। ਦੇਖੋ ਮਾਸ਼ਾਅੱਲਾ ਕਿੰਨੇ ਸਿਹਤਮੰਦ ਆ, ਨਜ਼ਰ ਆ ਰਿਹਾ ਤੁਹਾਨੂੰ? ਦੇਖੋ ਸਾਰਿਆਂ ਦੇ ਬਿਲਕੁਲ ਠੀਕ ਆ। ਮੈਂ ਜਾ ਰਿਹਾ ਅੱਜ ਈਦ ਦੀ ਸ਼ਾਪਿੰਗ ਕਰਨੀ ਆ ਅਤੇ ਕੁਛ ਈਦ ਵਾਸਤੇ ਜੇ ਕਿਚਨ ਦੀ ਸ਼ਾਪਿੰਗ ਕਰਨੀ ਹੈ ਅਤੇ ਕਰੋੜ ਜਾ ਰਿਹਾ। ਹੋ ਗਏ ਅਤੇ ਹੁਣ ਵਾਪਸੀ ਘਰੋਂ ਨਿਕਲਣ ਲੱਗੇ ਹਾਂ। ਸਾਰੀ ਸ਼ਾਪਿੰਗ ਜਿਹੜੀ ਈਦ ਦੇ ਵਾਸਤੇ ਕਿਚਨ ਦੀ ਸ਼ਾਪਿੰਗ ਸਾਰੀ ਕੰਪਲੀਟ ਹੋ ਗਈ ਹੈ। ਉੱਥੋਂ ਪੈਟਰੋਲ ਪਵਾਉਂਦੇ ਹਾਂ, ਪੈਟਰੋਲ ਪੰਪ ਸਾਹਮਣੇ ਆ ਗਿਆ, ਪਵਾ ਕੇ ਫਿਰ ਨਿਕਲਦੇ ਘਰ। ਚੱਲਦਾ ਹੋ
ਸੀ ਸਰਪ੍ਰਾਈਜ਼ ਰੱਖਿਆ ਸੀਗਾ। ਔਰ ਅੱਜ ਹੈ ਜੀ ਹਰਸ਼ਰ ਦੀ ਬਰਥਡੇ, ਔਰ ਮੈਂ ਭਤੀਜੇ ਵਾਸਤੇ ਅੱਜ ਬਰਥਡੇ ਜਿਹੜੀ ਸੈਲੀਬ੍ਰੇਟ ਕਰਨ ਲੱਗੇ ਹਾਂ, ਅਤੇ ਆਹ ਹੈ ਜੀ ਸਰਪ੍ਰਾਈਜ਼। ਕੈਸਾ ਲੱਗਿਆ ਸਰਪ੍ਰਾਈਜ਼ ਤੁਸੀਂ ਜ਼ਰੂਰ ਦੱਸਣਾ, ਠੀਕ ਹੈ। ਗਾਉਂ ਦੇ ਵਿੱਚ ਹੈ ਇਸ ਟਾਈਮ, ਔਰ ਪਿਛਲੇ ਸਾਲ ਤਾਂ ਇਹਦੀ ਫਸਟ ਸਾਲਗਿਰਾ ਇਸਲਾਮਾਬਾਦ ਕੀਤੀ ਸੀ, ਦੂਸਰੀ ਸਾਲਗਿਰਾ ਇਹਦੀ ਗਾਉਂ 'ਚ ਆਈ ਹੈ। ਹਾਸ਼ਿਰ ਆਪਣੇ ਗੰਦੇ ਬੱਚੇ ਕਹਿੰਦਾ ਲੈ, ਅੱਜ ਸਾਰਾ ਦਿਨ ਬਾਜ਼ਾਰ 'ਚ ਗੁਜ਼ਰ ਗਿਆ, ਕਾਫੀ ਕੁਛ ਪਰਚੇਜ਼ ਕੀਤਾ, ਅਤੇ ਥਕਾਵਟ ਵੀ ਹੋ ਗਈ, ਰੋਂਦਾ ਵੀ ਸੀਗਾ, ਬਹੁਤ ਜ਼ਿਆਦਾ ਲੱਗਿਆ ਹੋਇਆ, ਅਤੇ ਅੱਜ ਬਿਲਕੁਲ ਹੀ ਤਬੀਅਤ ਜਿਹੜੀ ਸਾਥ ਨਹੀਂ ਸੀ ਦੇ ਰਹੀ, ਅਤੇ ਹੁਣ ਵੀ ਬੜਾ ਤੁਹਾਨੂੰ ਦਿਖਾਉਣਾ ਐਨਰਜੀ ਦਾ ਭੁੱਲ ਹੀ ਅਭਾਵ ਗਿਆ ਹੋ ਸੀ ਗਿਆ। ਮੈਂ ਬਸ ਪਿੰਡ ਦੇ ਵਿੱਚ ਤੁਹਾਨੂੰ ਪਤਾ ਇਹੋ ਜਿਹੀਆਂ ਹੁੰਦੀਆਂ ਚੀਜ਼ਾਂ, ਕਾਫੀ ਸਫ਼ਰ ਵੀ ਕਰਨਾ ਪੈਂਦਾ, ਫਿਰ ਉਸ ਤੋਂ ਬਾਅਦ ਕੋਈ 30 ਕਿਲੋਮੀਟਰ ਸਫ਼ਰ ਕਰਕੇ ਆਹ ਚੀਜ਼ਾਂ ਮੈਂ ਲੈ ਕੇ ਆਇਆ, ਉਹ ਵੀ ਬੜੀ ਮੁਸ਼ਕਲ ਅਰੇਂਜ ਹੋਈਆਂ। ਉਹਦਾ ਉਹਦੇ ਹਾਲ ਦੇਖੋ, ਆਹ ਕੈਂਡਲ ਦਾ ਨੇ ਕੀ ਹਾਲ ਕਰਤਾ, ਲਾਕੀ ਤੋੜਦੇ ਇਹਨਾਂ ਨੇ, ਦੋਹਰੀਆਂ ਕਰ ਦਿੱਤੀਆਂ। ਮੇਨ ਜਿਹੜਾ ਆਲਾ ਸੀ ਨਾ ਕੰਮ ਕਰਨਾ ਸੀਗਾ। ਆਖਿਰ ਜਨਾਬ ਜੀ ਉਹ ਸ਼ੁਰੂ ਹੋ ਗਿਆ ਆਪਣੀ ਕਾਰਵਾਈ ਕਰਨੀ, ਉਹਨੇ ਟੇਬਲ ਸ਼ੇਬਲ ਐਂ ਹਰ ਚੀਜ਼ ਚੁੱਕ ਪਾੜ ਦਿੱਤੀ, ਕੋਈ ਇੱਧਰ ਚੀਜ਼ਾਂ ਖਿਲਾਰਤੀਆਂ, ਕੁਛ ਇੱਧਰ ਖਿਲਾਰਤੀਆਂ, ਇਸ ਤੋਂ ਪਹਿਲੇ ਕਿ ਹਰ ਚੀਜ਼ ਸਾਡੀ ਤੋੜ ਭੰਨ ਦੇਵੇ, ਅਤੇ ਅਸੀਂ ਸ਼ੁਰੂ ਸੀ ਪਹਿਲੇ ਪਹਿਲੇ ਨੂੰ ਕਾਬੂ ਕਰ ਲਈਏ। ਆ ਜਾਓ, ਹਾਂ ਸ਼ੇਰ ਵੀ ਬੁਲਾ ਰਿਹਾ, ਦੇਖੋ ਹਾਸ਼ਿਰ ਦੇ ਲੋ ਤਾਂ ਦੋ ਨਹੀਂ ਤਾਂ ਨਾ ਥੱਲੇ ਗਿਰ ਗਿਰ ਕੇ ਕੇਕ ਕੁਦ ਲੈਣਾ। ਨਹੀਂ ਜਨਾਬ ਤੁਸੀਂ ਦੇਖੀ ਦੇਖੀ ਪੜਾ ਹੈਪੀ ਬਰਥਡੇ। ਕਰੋ ਵੀ ਆ ਕਿੱਦਾਂ ਚੱਲਣਾ, ਕਿੱਦਾਂ ਕਰਨਾ ਉਹ ਫਿਰ। ਸੀ ਕਹਿ ਰਹੇ ਇੱਥੇ ਚੱਲਣਾ। ਹਾਂ ਕਾਲਾ ਮੈਂ ਆ ਰਿਹਾ ਹੋਣਾ, ਤੁਸੀਂ ਡਰ ਵੀ ਰਹੇ ਹੋਣੇ ਜੀ ਨਾ ਮੇਰੇ ਮੈਨੂੰ ਦੇਖ ਕੇ, ਅਤੇ ਅਸੀਂ ਸੈਲੀਬ੍ਰੇਟ ਕਰ ਲਿਆ, ਠੀਕ ਹੈ। ਅੱਜ ਦਾ ਸਰਪ੍ਰਾਈਜ਼ ਕੈਸਾ ਲੱਗਿਆ ਤੁਹਾਨੂੰ, ਔਰ ਇੰਜੋਏ ਕਰਦੇ ਹਾਂ, ਮੇਰਾ ਫੇਵਰੇਟ ਕੇਕ ਹੈ ਔਰ ਬਹੁਤ ਹੀ ਮਜ਼ੇਦਾਰ, ਇੱਥੇ ਮੈਨੂੰ ਉਮੀਦ ਨਹੀਂ ਸੀ ਆਇਆ ਕਿ ਇੰਨਾ ਅੱਛਾ ਸਾਨੂੰ ਇੱਥੇ ਕੇਕ ਮਿਲ ਜਾਏਗਾ। ਇਹਦੇ ਨਾਲ ਵੀਡੀਓ ਕੈਸੀ ਲੱਗੀ ਜ਼ਰੂਰ ਕਮੈਂਟ 'ਚ ਦੱਸਿਓ, ਠੀਕ ਹੈ। ਔਰ ਨਾਲ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ, ਬੈਲ ਆਈਕਨ ਦਾ ਬਟਨ ਉੱਪਰ ਹੈ ਉਹਨੂੰ ਵੀ ਕਲਿੱਕ ਕਰਨਾ ਜ਼ਰੂਰ, ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਔਰ ਯਕੀਨ ਹੈ ਮੇਰੀ ਸਾਰੀ ਐਪੀਸੋਡ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਹੋਣਗੀਆਂ, ਅਤੇ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼। ਨਮਾਜ਼ ਦਾ ਟਾਈਮ ਹੀ ਹੋ ਰਿਹਾ, ਥਕਾਵਟ ਵੀ ਬਹੁਤ ਹੈ, ਰੋਜ਼ਾ ਵੀ ਸਾਰਾ ਦਿਨ ਲੱਗਾ ਹੋਇਆ ਸੀਗਾ, ਅਤੇ ਫਿਰ ਮਿਲਦੇ ਹਾਂ ਇੱਕ ਨਵੀਂ ਐਪੀਸੋਡ ਨਵੀਂ ਵੀਡੀਓ ਨਾਲ, ਤਦ ਤੱਕ ਆਪਣਾ ਬਹੁਤ ਜ਼ਿਆਦਾ ਖਿਆਲ।